ਦੇਖ ਰਹੇ ਹਾਂ ਜੀ ਪ੍ਰਾਈਮੇਸ਼ੀਅਰ ਟੀਵੀ ਮੈਂ ਹਾਂ ਗੁਰਪ੍ਰੀਤ ਸੰਧਵਾਲੀਆ ਤੇ ਇਸ ਵਕਤ ਦੀਆਂ ਖਬਰਾਂ ਦੇ ਉਪਰ ਅੱਜ ਗੱਲਬਾਤਾਂ ਕਰਾਂਗੇ ਪਰ ਸਭ ਨਾਲ ਇੱਕ ਤਾਂ ਇਸ ਵਕਤ ਜੋ ਮਾਹੌਲ ਹੈ ਜੀ ਉਹ ਪੰਜਾਬ ਦੇ ਵਿੱਚ ਬੜਾ ਅਸਮੰਜਸ ਵਾਲਾ ਕਿ ਕਿਸਾਨ ਜਥੇਬੰਦੀਆਂ ਨੇ ਜਿਹੜੀ ਤਿਆਰੀ ਖੇਚ ਲਈ ਹੈ ਉਹਦੇ ਚ ਉਹਨਾਂ ਤਿੰਨ ਚਾਰ ਮਹੀਨਿਆਂ ਦਾ ਰਾਸ਼ਨ ਲੈ ਕੇ ਜਾਣ ਦੀ ਵੀ ਗੱਲ ਕਰਤੀ ਦੂਸਰੇ ਪਾਸੇ ਅਜੇ ਕੇਂਦਰ ਵਾਲੇ ਪਾਸਿਓਂ ਕੋਈ ਸੱਦਾ ਪੱਤਰ ਆਇਆ ਨਹੀਂ ਪਰ ਪੰਜਾਬ ਸਰਕਾਰ ਵਾਲੇ ਪਾਸਿਓਂ ਇੱਕ ਪਹਿਲ ਹੋਈ ਹੈ ਉਹ ਕੀ ਹੈ ਉਹ ਹੀ ਸਮਝਾਂਗੇ ਇਸ ਤੋਂ ਇਲਾਵਾ ਕੁਝ ਖਬਰਾਂ ਹੋਰ ਨੇ ਜਿਹਦੇ ਚ ਇਹ ਲੱਗ ਰਿਹਾ ਕਿ ਸ਼ਾਇਦ ਇੱਕ ਸਿਆਸੀ ਟਕਰਾਅ ਜੰਬਾਮ ਰੋੜਨ ਦੀ ਕੋਸ਼ਿਸ਼ ਵੀ ਹੋ ਰਹੀ ਆ ਸਭ ਪਹਿਲਾ ਆਪਾ ਸਵਾਗਤ ਕਰਦੇ ਹਾਂ ਪਰ ਸਭ ਬਹੁਤ ਬਹੁਤ ਸਵਾਗਤ ਜੀ ਜੀ ਸ਼ੁਕਰ ਪਰ ਸਭ ਇੱਕ ਜਿਹੜੀਆਂ ਕੱਲ 500 ਦੇ ਕਰੀਬ ਜਥੇਬੰਦੀਆਂ ਨੇ ਫੈਸਲਾ ਲਿਆ ਸੀਗਾ ਤੇ ਉਹਦੇ ਜਿਹੜਾ ਜਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਗੱਲ ਉਹ ਇਹ ਹੈ ਕਿ ਵੀ ਇੰਨੀਆਂ ਜਥੇਬੰਦੀਆਂ ਇਕੱਠੀਆਂ ਹੋਣੀਆਂ ਫਿਰ ਦਿੱਲੀ ਦੇ 4-5 ਮੁੱਖ ਰਸਤੇ ਰੋਕਣ ਦੀ ਗੱਲ ਹੋਣੀ ਤੇ ਗੱਲ ਇਹ ਕਰਦ ਨੇ ਹੁਣ ਤੇ ਵੀ 4-5 ਮਹੀਨੇ ਦਾ ਰਾਸ਼ਨ ਵਿੱਚ ਆਪਾਂ ਨੂੰ ਖੜਨਾ ਪਏ ਤੇ ਨਾਲ ਲੈ ਜਿਓ ਇਹਨੂੰ ਕਿਵੇਂ ਦੇਖਦੇ ਹੋ ਵੀ ਉਹਨਾਂ ਨੂੰ ਆਸ ਲੱਗਦੀ ਨਹੀਂ ਵੀ ਸਰਕਾਰ ਮੰਨੂਗੀ ਨਹੀਂ ਛੇਤੀ ਆਸ ਇਹਨਾਂ ਨੂੰ ਵੀ ਨਹੀਂ ਲੱਗਦੀ ਤੇ ਆਸ ਸਾਡੇ ਵਰਗੇ ਪੱਤਰਕਾਰ ਜਿਹੜੇ ਪਾਸੇ ਤੇ ਬੈਠੇ ਸਾਨੂੰ ਵੀ ਕੋਈ ਨਹੀਂ ਲੱਗਦੀ ਜੀ ਵੱਡੀ ਗੱਲ ਤਾਂ ਇਹ ਸੀ ਕਿ ਪੰਜਾਬ ਵਿੱਚ ਮਾਲ ਗੱਡੀਆਂ ਆਉਣ ਤੇ ਸਵਾਰੀ ਗੱਡੀਆਂ ਆਉਣ ਭਾਰਤ ਸਰਕਾਰ ਨੇ ਆਖਿਆ ਜੀ ਕਿਸਾਨ ਜਿਹੜੇ ਆ ਸਵਾਰੀ ਗੱਡੀਆਂ ਚਲਣ ਦੇਣ ਤੇ ਮਾਲ ਗੱਡੀਆਂ ਚਲਾਵਾਂਗੇ ਨਹੀਂ ਤੇ ਨਹੀਂ ਇਹ ਸੁਚਾਰਾਉਂਦੇ ਇਹ ਕਹਿੰਦੇ ਆ ਮਾਲ ਗੱਡੀਆਂ ਚੱਲਣ ਦੇਓ ਸਵਾਰੀ ਗੱਡੀਆਂ ਫੈਸਲੇ ਤੋਂ ਬਾਅਦ ਚਲਾਵਾਂਗੇ ਪਹਿਲਾਂ ਤੇ ਮਾਲ ਗੱਡੀਆਂ ਵੀ ਕਹਿੰਦੇ ਸੀ ਨਹੀਂ ਚਲਣ ਦੇਣੀਆਂ ਜੀ ਹੁਣ ਮਾਲ ਗੱਡੀਆਂ ਤੇ ਆਇਆ ਤੇ ਉਹ ਕਹਿੰਦੇ ਸਵਾਰੀ ਗੱਡੀਆਂ ਵਿੱਚ ਨਾਲ ਚਲਾਉਣੀਆਂ ਨਹੀਂ ਤੇ ਨਹੀਂ ਚਲਾਉਣੀਆਂ। ਰੇਲ ਕਾ ਪੈ ਗਿਆ। ਇਹਨਾਂ ਨੂੰ ਵੀ ਅਸੀਂ ਕਨੇਦੇ ਰੋਕ ਛੱਡਣਗੇ। ਹੁਣ ਕੱਲ ਦੀਆਂ ਰਿਪੋਰਟਾਂ ਨੇ ਕਿ ਜਿਹੜੀਆਂ ਕੰਪਨੀਆਂ ਦਾ ਮਾਲ ਪਿੱਛੋਂ ਰੇਲਵੇ ਤੇ ਆ ਰਿਹਾ। ਉਹਨਾਂ ਕੰਪਨੀਆਂ ਦੇ ਨਾਲ ਰੇਲਵੇ ਨੇ ਗੱਲ ਕੀਤੀ ਹੈ ਕਿ ਅੰਬਾਲੇ ਤੱਕ ਅਸੀਂ ਲੈ ਜਾਂਦਾ। ਅੰਬਾਲੇ ਤੋਂ ਉਤਾਰ ਕੇ ਤੇ ਅੱਗੋਂ ਸੜਕਾਂ ਤੇ ਰਸਤੇ ਟਰੱਕਾਂ ਰਹੀਂ ਟਰਾਲੀਆਂ ਰਹੀਂ ਆਪ ਕੋ ਆਪਣਾ ਮਾਲ ਲੈ ਜਾਓ। ਜੀ। ਜਿੰਨਾ ਤੁਹਾਡਾ ਖਰਚਾ ਹੁੰਦਾ ਉਹਨਾਂ ਰੇਲਵੇ ਦੇ ਕਿਰਾਏ ਚ ਅਸੀਂ ਤੁਹਾਨੂੰ ਛੁੱਟ ਦੇ ਦਿੰਦੇ ਨੇ ਜੀ ਤੇ ਆਪੋ ਆਪਣਾ ਲਿਆਉਣ ਲੱਗ ਪੈਣੇ ਮੰਡੀ ਗਵਿੰਦਗੜ੍ਹ ਲੁਧਿਆਣੇ ਮਠੰਡੇ ਬਹੁਤ ਸਾਰੇ ਕਾਰਖਾਨੇਦਾਰ ਨੇ ਆਪਣਾ ਸਮਾਨ ਹਰਿਆਣੇ ਦੇ ਵਿੱਚ ਲੱਥਾ ਕੁਝ ਅੰਬਾਲੇ ਲੱਥ ਗਿਆ ਕੁਝ ਸਰਸੇ ਹਸਾਰ ਲੱਥ ਗਿਆ ਉੱਥੋਂ ਲਿਆਉਣਾ ਸ਼ੁਰੂ ਕਰਤਾ ਜੀ ਉਹ ਵਿਚਾਰਾ ਕੱਢਦੇ ਪਏ ਤਾਂ ਕਿ ਕਿਸਾਨਾਂ ਨੂੰ ਆਖਿਆ ਜਾਵੇ ਕਿ ਤੁਸੀਂ ਜਿੰਨਾ ਬਹਿਣਾ ਬਹਿ ਜਾਓ ਹੂੰ ਹੂੰ ਹੁਣ ਤੁਹਾਨੂੰ ਰੋਕਣਾ ਨਹੀਂ ਕਿੰਨੀ ਦੇਰ ਰੁਕੇ ਰਹਿਣਾ ਤੰਗ ਕਿਸਾਨ ਵੀ ਤੰਗ ਆਮ ਦੁਕਾਨਦਾਰ ਵੀ ਹੁਣ ਹੋਣ ਲੱਗ ਪਿਆ ਮਾਲ ਪਿੱਛੋਂ ਆ ਨਹੀਂ ਰਿਹਾ ਥੋੜਾ ਮਾਲ ਉਹਦੇ ਰੇਟ ਚੜ ਰਹੇ ਜੀ ਚੜਦੇ ਰੇਟ ਦੇ ਨਾਲ ਇੱਕ ਸਮੱਸਿਆ ਹੋਰ ਆ ਤੇ ਉਹ ਏ ਕਿ ਬਾਰੋਂ ਬਲੈਕ ਦਾ ਮਾਲ ਬਹੁਤ ਆ ਰਿਹਾ ਜਿਹੜਾ ਆਮ ਦੁਕਾਨਦਾਰਾਂ ਨੂੰ ਨਹੀਂ ਮਿਲਦਾ ਹਮਮ ਵੱਡੇ ਬਲੈਕ ਇਹ ਬਾਹਰ ਤੇ ਬਾਹਰ ਮਾਲ ਵੇਚ ਰਹੇ ਇਹਦੇ ਵਿੱਚੋਂ ਕਿਹਨੂੰ ਕਿਹਨੂੰ ਹਿੱਸਾ ਜਾਂਦਾ ਜੀ ਖੁਰਾਕ ਸਪਲਾਈ ਵਾਲਿਆਂ ਨੂੰ ਜਾਂਦਾ ਕਿ ਪੁਲਿਸ ਵਾਲਿਆਂ ਨੂੰ ਜਾਂਦਾ ਕੋਈ ਨਹੀਂ ਜਾਂਦਾ ਪਰ ਚੱਲਦਾ ਤਾਂ ਪਿਆ ਅੱਗੇ ਝੋਨੇ ਦਾ ਸਵਾਲ ਤੁਹਾਨੂੰ ਯਾਦ ਹੋਊਗਾ ਸਭ ਤੋਂ ਪਹਿਲਾਂ ਅਸੀਂ ਚੁੱਕਿਆ ਸੀ ਜੀ ਜੀ ਉਹ ਸਵਾਲ ਉਹਨੇ ਐਡਾ ਵੱਡਾ ਹੋ ਗਿਆ ਕਿ ਪਹਿਲਾਂ ਤੇ ਮੰਤਰੀ ਜੀ ਕਹਿੰਦੇ ਸੀ ਕਿ ਅਸੀਂ ਖਰੀਦ ਦੀ ਹੌਲੀ ਹੌਲੀ ਕੰਟਰੋਲ ਕੀਤੀ ਹੈ ਪਹਿਲਾਂ ਪਿਛਲੇ 5-6 ਸਾਲਾਂ ਤੋਂ ਲਗਾਤਾਰ ਚੜਦੀ ਗਈ ਸੀ ਹਰ ਸਾਲ 10-10 ਲੱਖ ਟਨ ਵਧਦਾ ਗਿਆ ਸੀ ਹੁਣ ਪਤਾ ਲੱਗਾ ਕਿ ਤੇ 40 ਲੱਖ ਟਨ ਵਧ ਗਿਆ ਉਹ ਸਾਰਾ ਕਿੱਥੋਂ ਆਇਆ ਉੱਥੋਂ ਆ ਰਿਹਾ ਸਾਰਾ ਯੂਪੀ ਤੋਂ ਇੱਥੇ ਆ ਕੇ ਵੇਚਿਆ ਜਾ ਰਿਹਾ ਕਿ ਜਿਹੜਾ ਨੇ ਪਟੀਸ਼ਨ ਕਰਤੀ ਐ ਕਿ ਹੁਣ ਤਾਂ ਜੀ ਕੇਂਦਰ ਸਰਕਾਰ ਨੇ ਜਿਹੜੀ ਉਹ ਕਾਨੂੰਨ ਨੇ ਉਹ ਲਾਗੂ ਕਰਦੇ ਤੁਸੀਂ ਕਿਤੇਉਂ ਵੀ ਖਰੀਦ ਸਕਦੇ ਹੋ ਉਹ ਹਾਈ ਕੋਰਟ ਚਲੀ ਗਈ ਤੁਸੀਂ ਕਿਤੇਉਂ ਵੀ ਖਰੀਦ ਸਕਦੇ ਆ ਖਰੀਦ ਲੋ ਪਰ ਕਿਤੇਉਂ ਵੀ ਖਰੀਦਿਆ ਲਿਆ ਕੇ ਇੱਥੇ ਘੱਟੋ ਘੱਟ ਖਰੀਦ ਕੀਮਤ ਦੇ ਉੱਤੇ ਪੰਜਾਬ ਦੇ ਕਿਸਾਨਾਂ ਦਾ ਨਾਮ ਲਿਖ ਕੇ ਵੇਚਣ ਦਾ ਹੱਕ ਤਾਂ ਤੁਹਾਨੂੰ ਪਰ ਸਰਕਾਰ ਦੇ ਕਾਨੂੰਨਾਂ ਚ ਕਿਸੇ ਨੇ ਨਹੀਂ ਦਿੱਤਾ ਉਹਦਾ ਕੀ ਕਰੂੰਗਾ ਜਿਹੜਾ ਝੋਨਾ ਪੰਜਾਬ ਚ ਉੱਗਿਆ ਹੀ ਨਹੀਂ ਪੰਜਾਬ ਦੇ ਕਿਸਾਨਾਂ ਦਾ ਝੋਨਾ ਹੀ ਨਹੀਂ यूपी बिहार ਤੋਂ ਲਿਆ ਕੇ ਪੰਜਾਬ ਦੇ ਕਿਸਾਨਾਂ ਦੇ ਨਾਂ ਤੇ ਫਾਰਮ ਕੱਟ ਕੇ ਤੇ ਵੇਚਿਆ ਗਿਆ ਜੀ ਹੁਣ ਪੜਤਾਲ ਹੁਣੇ ਸ਼ੁਰੂ ਹੋਈ ਹੈ ਤੇ ਵਿੱਚੋਂ ਖਬਰਾਂ ਆਉਣ ਡੀਆਂ ਜੀ ਪੜਤਾਲ ਦੇ ਨਾਂ ਤੇ ਵੀ ਭ੍ਰਿਸ਼ਟਾਚਾਰ ਹੋ ਰਿਹਾ ਕਿਸੇ ਨੂੰ ਰਗੜਿਆ ਜਾ ਰਿਹਾ ਕਿਸੇ ਦਾ ਸੌਦਾ ਮਾਰਿਆ ਜਾ ਰਿਹਾ ਇਹ ਬਹੁਤ ਬੁਰਾ ਹਾਲ ਹੋਇਆ ਪਿਆ ਇਹਨਾਂ ਸਾਰੀਆਂ ਹਾਲਤਾਂ ਚੋਂ ਕਿਸਾਨ ਪਹਿਲਾਂ 250 ਜੱਥੇਬੰਦੀਆਂ ਸੀ ਹੁਣ 500 ਹੋ ਗਈਆਂ ਸਾਰੇ ਭਾਰਤੀਆਂ ਜੱਥੇਬੰਦੀਆਂ ਨੇ ਹਮਾਇਤ ਦਿੱਤੀ ਹੈ ਦਿੱਲੀ ਨੂੰ ਘੇਰਨ ਚੱਲੇ ਪੰਜਾਂ ਰਸਤਿਆਂ ਤੋਂ ਜਾਣਾ ਜਿਹੜੇ ਰਸਤੇ ਤੇ ਜਿੱਥੇ ਰੋਕਿਆ ਗਿਆ ਉੱਥੇ ਕਹਿੰਦੇ ਜੀ ਅਸੀਂ ਤੰਬੂ ਲਾ ਕੇ ਬਹਿ ਜਾਗੇ ਅਸੀਂ ਉੱਥੇ ਬੈਠੇ ਰਹਿਣਾ ਮੁਰਦਾ ਨਹੀਂ ਜੀ ਛੇ-ਛੇ ਮਹੀਨੇ ਬੜਾ ਪਿਆ ਬਹਿ ਜਾਗੇ ਉਦੋਂ ਬਾਅਦ ਜੇ ਹੋਰ ਰਚਣ ਚਾਹੀਦਾ ਹੈ ਪਿੱਛੋਂ ਮਗਾ ਲਣਗੇ ਪਰ ਉੱਠਣਗੇ ਨਹੀਂ ਜੀ ਏਡਾ ਵੱਡਾ ਮੋਰਚਾ ਅੱਜ ਤੱਕ ਕਿਸਾਨਾਂ ਦਾ ਭਾਰਤ ਵਿੱਚ ਕਿਸੇ ਸਰਕਾਰ ਦੇ ਖਿਲਾਫ ਲੱਗਾ ਨਹੀਂ ਸੀ ਗੁਰਪ੍ਰੀਤ ਜੀ ਜਿਹੜਾ ਲੱਗ ਗਿਆ ਜੀ ਅਗਲੀ ਸਵੱਥਿਆ ਇਹ ਹੈ ਕਿ ਮਰੇ ਨੂੰ ਮਾਰੇ ਸ਼ਾਹਬਦਾਰ ਜਿਨ੍ਹਾਂ ਨੂੰ ਸਰਕਾਰ ਨੇ ਤੇ ਉਦਯੋਗਪਤੀਆਂ ਨੇ ਮਾਰਤਾ ਉਹਨਾਂ ਨੂੰ ਹੁਣ ਕੁਦਰਤ ਵੀ ਮਾਰਨ ਤਰਪੀਆ ਉਧਰੋਂ ਹੀ ਉੱਥੇ ਮੋਰਚਾ ਲਾਉਣੇ ਜਾ ਰਹੇ ਆ ਉਧਰੋਂ ਦਿੱਲੀ 'ਚ ਕਰੋਨਾ ਦਾ ਘੇਰ ਪੈ ਗਿਆ ਫਿਰ ਰਿਕਾਰਡ ਮੌਤਾਂ ਪਿਛਲੇ ਦੋ ਦਿਨਾਂ 'ਚ ਹੋਈਆਂ ਨੇ ਜੀ ਕੇਸ ਲਗਾਤਾਰ ਵੱਧ ਰਹੇ ਨੇ ਦਿੱਲੀ 'ਚ ਹਸਪਤਾਲਾਂ 'ਚ ਬੈੱਡ ਨਹੀਂ ਮਿਲਦੇ ਮਹਾਰਾਸ਼ਟਰ ਦੀ ਸਰਕਾਰ ਨੇ ਕਹਿ ਦਿੱਤਾ ਕਿ ਦਿੱਲੀ ਨੂੰ ਜਾਣ ਵਾਲੀ ਤੇ ਦਿੱਲੀ ਤੋਂ ਆਉਣ ਵਾਲੀ ਦੋਵੇਂ ਰੇਲ ਗੱਡੀਆਂ ਵੀ ਤੇ ਜਾਜਾਂ ਦੀਆਂ ਫਲੈਟਸ ਵੀ ਅਸੀਂ ਬੰਦ ਕਰ ਦੇਣੀਆਂ ਕਿਉਂਕਿ ਪ੍ਰੋਬਲਮ ਉੱਥੋਂ ਫਿਰ ਸਾਡੇ ਕੋਲ ਆ ਸਕਦੀ ਹੈ ਹਾਂ ਹਾਂ ਮਹਾਰਾਸ਼ਟਰ ਨੇ ਮਸਾਂ 'ਚ ਥੋੜਾ ਜਿਹਾ ਕੰਟਰੋਲ ਕੀਤਾ ਉਹ ਕਹਿੰਦੇ ਫਿਰ ਵੱਧ ਜੂਗੀ ਜੇ ਉਹ ਵੀ ਡਰੇ ਪੈਣ ਤੇ ਕੇਂਦਰ ਸਰਕਾਰ ਦਿੱਲੀ ਦੀ ਪੁਲਿਸ ਅਰਵਿੰਦ ਕੇਜਰੀਵਾਲ ਦੇ ਅੰਡਰ ਤਾਂ ਹੈਗੀ ਨਹੀਂ ਜੀ ਉਹ ਤਾਂ ਸਿੱਧੀ ਕਿਉਂਕਿ ਯੂਨਿਟ ਟੈਰੀਟਰੀ ਹੈ ਤੇ ਕੇਂਦਰ ਸਰਕਾਰ ਦੇ ਅੰਡਰ ਹੈ ਕੇਂਦਰ ਸਰਕਾਰ ਉਸ ਪੁਲਿਸ ਨੂੰ ਕਹਿ ਕੇ ਤੇ ਇਹਨਾਂ ਨੂੰ ਦਿੱਲੀ ਦੇ ਪੰਜੇ ਪੁਆਇੰਟਾਂ ਦੇ ਬਾਹਰਲੇ ਇਲਾਕਿਆਂ ਤੇ ਰੋਕ ਦੇ ਕਿ ਲੋ ਬੈਠੇ ਰਹੋ ਜਿਉਂ ਉੱਥੇ ਬਹਿਣਗੇ ਤੇ ਉੱਥੇ ਵੀ ਤੇ ਦੋਵੇਂ ਪਾਸੇ ਹਰਿਆਣੇ ਵਿੱਚ ਤੇ ਯੂਪੀ ਵਿੱਚ ਭਾਜਪਦੀਆਂ ਸਰਕਾਰਾਂ ਨੇ ਸਮੱਸਿਆ ਤੇ ਉੱਥੇ ਵੀ ਆਊਗੀ ਜੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਕੇਂਦਰ ਸਰਕਾਰ ਲਮਕਾ ਕੇ ਥਕਾ ਕੇ ਕਿਸਾਨਾਂ ਦਾ ਸਾਰਾ ਕਿਤਨਾ ਚੌਂਦੀ ਹੈ ਉਹਦੇ ਚ ਹੁਣ ਜਿਸ ਤਰ੍ਹਾਂ ਦੀ ਲੜਾਈ ਬਣ ਗਈ ਹੈ ਇੱਥੇ ਆ ਕੇ ਜੇ ਕਿਸਾਨ ਪਛੇਟ ਹਟਣ ਜੀ ਤਾਂ ਵੀ ਵਰਦੇ ਇਸ ਲੜਾਈ ਚ ਹੁਣ ਤਾਂ ਜੋ ਹੋਵੇ ਇੱਕ ਕਿਸਾਨਾਂ ਨੂੰ ਡਟਣਾ ਹੀ ਪੈਣਾ ਹੋਰ ਉਹਨਾਂ ਕੋਲ ਵੀ ਕੋਈ ਰਾਹ ਨਹੀਂ ਰਹਿ ਗਿਆ ਇੱਕ ਪਾਸੋਂ ਵੇਲੇ ਚ ਹੁਣ ਜਦੋਂ ਇਹ ਕੱਲ ਮੀਟਿੰਗ ਹੋਈ ਸੀਗੀ ਤਾਂ ਉਦੋਂ ਇਹ ਚਰਚਾ ਜੀ ਚੱਲੀ ਸੀ ਕਿ ਵੀ ਇਹ ਸਾਰੇ ਕੁਝ ਨੂੰ ਆਪਾਂ ਹੱਲ ਕਰਦੇ ਆਂ ਪੰਜਾਬ ਸਰਕਾਰ ਨੇ ਵੀ ਆਸ ਕੀਤੀ ਸੀ ਵੀ ਸ਼ਾਇਦ ਕਿਸਾਨ ਰਾਹ ਦੇ ਦੇਣ ਵੀ ਕੈਪਟਨ ਸਾਹਿਬ ਨੇ ਕਿਹਾ ਸੀ ਵੀ 21 ਵਾਲੀ ਮੀਟਿੰਗ ਚ ਮਸਲਾ ਹੱਲ ਹੋ ਜਾਊਗਾ 21 ਵਾਲੀ ਮੀਟਿੰਗ ਕੇਂਦਰ ਵਾਲੇ ਪਾਸੋਂ ਸੱਦੀ ਕਿਸੇ ਨੇ ਨਹੀਂ अरुण कैप्टन साहब ने सड के ली है तो वो कहंदे आओ फिर मैं को हल करदा। ਤੁਹਾਨੂੰ ਕੀ ਯਾਦਦਾ ਵੀ ਪੰਜਾਬ ਸਰਕਾਰ ਮਨਾਉਣ ਦੀ ਕੋਸ਼ਿਸ਼ ਕਰੂਗੀ ਕਿਸਾਨਾਂ ਨੂੰ? ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਨੇ ਸ਼ਾਇਦ ਪੰਜਾਬ ਸਰਕਾਰ ਨੂੰ ਆਖਿਆ ਹੋਵੇ ਕਿ ਤੁਸੀਂ ਕੋਰਾ ਕਰੋ। ਕੇਂਦਰ ਸਿੱਧੇ ਤੌਰ ਤੇ ਗੱਲ ਨਹੀਂ ਕਰ ਰਿਹਾ। ਜੀ। ਇੱਕ ਵਾਰੀ ਗੱਲ ਕੀਤੀ ਫਿਰ ਕਹਿੰਦੇ ਸੀ 21 ਤਰੀਕ ਨੂੰ ਹੋਣੀ ਫਿਰ 21 ਨੂੰ ਰੱਖੀ ਨਹੀਂ ਗਈ। ਹੁਣ 21 ਤਰੀਕ ਨੂੰ ਪੰਜਾਬ ਸਰਕਾਰ ਨੇ ਰੱਖ ਲਈ ਹੈ। ਇਸ 21 ਤਰੀਕ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਨਾਲ ਕੀ ਗੱਲ ਕਰਨਗੇ? ਪੰਜਾਬ ਸਰਕਾਰ ਨੇ ਤਿੰਨ ਮੰਤਰੀਆਂ ਦੀ ਡਿਊਟੀ ਲਾਈ ਹੈ ਜਿਹੜੇ ਲਗਾਤਾਰ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਆ ਲਗਾਤਾਰ ਤਾਲਮੇਲ ਕਿਸਾਨਾਂ ਦੇ ਮਨ ਚ ਆਪਣੇ ਰੋਸੇ ਆ ਕੇਂਦਰ ਸਰਕਾਰ ਵਾਸਤੇ ਵੀ ਰੋਸੇ ਪੰਜਾਬ ਸਰਕਾਰ ਵਾਸਤੇ ਵੀ ਰੋਸੇ ਜੀ ਹੁਣ ਚਰਚੇ ਜਿੰਨੇ ਚੱਲਦੇ ਪਏ ਆ ਜਿਹੜੇ ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਕਿਸਾਨਾਂ ਨੇ ਪ੍ਰੋਟਿੰਗ ਕੀਤੀ ਆ ਰਿਲਾਇੰਸ ਦੇ ਪੈਟਰੋਲ ਪੰਪ ਰਿਲਾਇੰਸ ਦੇ ਥੋੜੇ ਅੱਗੋਂ ਰਿਲਾਇੰਸ ਦੇ ਕਿਰਾਏ ਤੇ ਦਿੱਤੇ ਆ ਠੇਕੇ ਦੇ ਉੱਤੇ ਕੋਈ ਲੋਕਾਂ ਨੂੰ ਉਹਨਾਂ ਚੋਂ 5-7 ਕਾਂਗਰਸੀਆਂ ਦੇ ਨੇ ਅਕਾਲੀਆਂ ਦੇ ਨੇ 10 12 ਕਾਂਗਰਸੀ ਕਹਿੰਦੇ ਨੇ ਹਮਮ ਔਰ ਕਾਂਗਰਸੀ ਮੰਤਰੀਆਂ ਦੇ ਨਾਲ ਉਹ ਕਿਹਨਾਂ ਦੇ ਨਾਂ ਤੇ ਵੀ ਰਿਲਾਇੰਸ ਦੇ ਪੰਪ ਬੋਲਦੇ ਨੇ ਜੀ ਜੇ ਬੋਲਦੇ ਨੇ ਤੇ ਜਿਹੜੇ ਕਿਸਾਨ ਸਾਡੇ ਕੋਲ ਆ ਕੇ ਪੱਤਰਕਾਰਾਂ ਕੋਲ ਬਾਹਰ ਫੀਲਡ ਵਿੱਚ ਇਹ ਗੱਲਾਂ ਕਰਦੇ ਆ ਉਹ ਕੱਲ ਨੂੰ ਇਹਨਾਂ ਦੇ ਕੋਲ ਮੀਟਿੰਗ ਵਿੱਚ ਵੀ ਕਰ ਸਕਦੇ ਆ ਚਰਚਾ ਚੱਲਦੀ ਪਈ ਕਿ ਉਹ ਇਸ ਵਾਰੀ ਬੜੇ ਗੁੱਸੇ ਵਿੱਚ ਨੇ ਹਮਮ ਉਹਨਾਂ ਦੇ ਮਨ ਵਿੱਚ ਕੁੜੱਤਨ ਭਰਦੀ ਜਾ ਰਹੀ ਆ ਉਹ ਸਮਝਦੇ ਆ ਕਿ ਪੰਜਾਬ ਸਰਕਾਰ ਨੇ ਵੀ ਜੋ ਸਰਦਰੀ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਪੰਜਾਬ ਦੇ ਮੁੱਖ ਮੰਤਰੀ ਦੇ ਵਾਰ-ਵਾਰ ਬਿਆਨ ਆਉਂਦੇ ਕਿ ਮੈਂ ਤੁਹਾਡੇ ਨਾਲ ਖੜਾ ਮੈਂ ਤੁਹਾਰ ਤੋਂ ਪਾਸਾ ਨਹੀਂ ਮਟਿਆ ਦੱਸੋ ਕੀ ਕਰਨਾ ਵਿਧਾਨ ਸਭਾ ਚੋਂ ਨੇ ਆਖਿਆ ਸਿਆ ਮੇਰੇ ਜੇਬ ਚ ਅਸਤੀਫਾ ਜਦੋਂ ਆਖੋ ਮੈਂ ਪੇਸ਼ ਕਰ ਦਿੰਦਾ ਹਮ ਹਮ ਐਸੋੜੇ ਕੋਈ ਇਹ ਨਹੀਂ ਆਖੂਗਾ ਤੁਸੀਂ ਅਸਤੀਫਾ ਪੇਸ਼ ਕਰ ਦਿਓ ਅਸਤੀਫਾ ਪੇਸ਼ ਕੀਤਾ ਤੋ ਤਸੇ ਕੋ ਸਾਰੇ ਪੰਜਾਬ ਨੂੰ ਭਾਜਪਾ ਦੇ ਵਸ ਪਾਉਣ ਵਾਲੀ ਗੱਲ ਹੋਵੇਗੀ ਜੀ ਇਹ ਅਸਤੀਫਾ ਦੇ ਦੇਣ ਉਹ ਭੜਕੇ ਆਪਣੀ ਮਰਜ਼ੀ ਦਾ ਕੋਈ ਲਿਆ ਕੇ ਇਹੋ ਜਿਹਾ ਇੱਥੇ ਪ੍ਰਸ਼ਾਸਕ ਲਾ ਦੇਣਗੇ ਆ ਹੁਣ ਵਾਲਾ ਗਵਰਨਰ ਵੀ ਪੀ ਸਿੰਘ ਬਦਨੌਰ ਦੇਵਿਕਾ ਗਵਰਨ ਦੇ ਲਗਣ ਤੋਂ ਪਹਿਲਾਂ ਭਾਜਪਾ ਦਾ ਲੀਡਰ ਸੀ ਜੀ ਇਹਦੇ ਹੱਥ ਕਮਾਂਡ ਦੇ ਤੀ ਤੇ ਫਿਰ ਤਾਂ ਸਿੱਧੇ ਤੌਰ ਤੇ ਭਾਜਪਾ ਦੇ ਹੱਥ ਚਲੇਗੀ ਫਿਰ ਤੁਸੀਂ ਉਹਨਾਂ ਤੋਂ ਕੀ ਲੈ ਲੋਗੇ ਇਸ ਕਰਕੇ ਕੋਈ ਇਹ ਨਹੀਂ ਚਾਹਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਐਸ ਵੇਲੇ ਅਸਤੀਫਾ ਦੇ ਦੇਵੇ ਵੱਧ ਤੋਂ ਵੱਧ ਇਹ ਆਖਿਆ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਜਾ ਕੇ ਗਵਰਨ ਨੂੰ ਕਹਿ ਦੇਵੇ ਕਿ ਮੈਂ ਛੱਡਿਆ ਜੀ ਤੁਸੀਂ ਨਵੀਆਂ ਚੁਣਾ ਕਰੋ ਐਸੈਂਬਲੀ ਭੰਗ ਕਰ ਦਿਓ ਐਸ ਵੇਲੇ ਉਹਦੇ ਕੋਲ ਬਹੁਤ ਸਮਤੀ ਹੈ ਵਿਧਾਨ ਸਭਾ ਚ ਬਹੁਤ ਸਮਤੀ ਵਾਲਾ ਮੁੱਖ ਮੰਤਰੀ ਜਾ ਕੇ ਗਵਰਨ ਨੂੰ ਕਹਿ ਦੇਵੇ ਕਿ ਅਸੈਂਬਲੀ ਭੰਕ ਕਰਕੇ ਨਵੀਆਂ ਚੋਣਾਂ ਕਰਾ ਦਿਓ ਗੁਰਦਰ ਇਨਕਾਰ ਨਹੀਂ ਕਰ ਸਕਦਾ ਜੀ ਇਲੈਕਟ੍ਰੋਨੀਆਂ ਪੈ ਸਕਦੀਆਂ ਨੇ ਪਰ ਇਹ ਵੀ ਹੁਣ ਇਸ ਮੌਕੇ ਦੇ ਉੱਤੇ ਇਹੋ ਜਿਹੇ ਜਿਹੜੇ ਜੂਆ ਖੇਡਣ ਵਾਲੇ ਖੇਡ ਹੈ ਇਹ ਕਿਸਾਨ ਲੀਡਰ ਕਦੇ ਨਹੀਂ ਕਰਨਾ ਚਾਹਣਗੇ ਜੇ ਇਸ ਮੌਕੇ ਤੇ ਚੋਣਾਂ ਹੋਣ ਇਹ ਨਹੀਂ ਸਮਝਿਆ ਜਾ ਸਕਦਾ ਕਿ ਭਾਜਪਾ ਇੱਥੇ ਕੋਈ ਜਿੱਤ ਜੂਗੀ ਭਾਜਪਾ ਥੋੜੇ ਜਿੱਤਣ ਦੀ ਪੋਜੀਸ਼ਨ 'ਚ ਨਹੀਂ ਜੀ ਸਾਰਾ ਪੰਜਾਬ ਤਾਂ ਉਹਦੇ ਖਿਲਾਫ ਹੋਇਆ ਪਿਆ ਚਾਰਾਂ ਦੇ ਵਿੱਚੋਂ 5 ਨਹੀਂ 10 ਸੀਟਾਂ ਲੈਣਗੇ ਉਹ ਤੋਂ ਵੱਧ ਕਿ ਲੈਣਗੇ ਪਰ ਪੰਜਾਬ ਦੇ ਵਿੱਚ ਵੀ ਇਸ ਵੇਲੇ ਇਨਿਕ ਵਿੱਚ ਨਹੀਂ ਯਾਨੀ ਕਿ ਅਵਰਤ ਤਫਰੀ ਬੜੀ ਹਾਲਤ ਹੈ ਅਮਨ ਕਾਨੂੰਨ ਦੇ ਪੱਖੋਂ ਨਹੀਂ ਸਿਆਸਤ ਦੇ ਪੱਖੋਂ ਜੀ ਕਿ ਪਤਾ ਨਹੀਂ ਲੱਗਦਾ ਕੌਣ ਕਿਹਦੇ ਨਾਲ ਇਹਦੇ ਮਾਹੌਲ ਦੇ ਵਿੱਚ ਚੋਣਾ ਵੀ ਅੱਜ ਖੜੇ ਪੈਰ ਨਹੀਂ ਹੋ ਸਕਦੀ ਇਸ ਕਰਕੇ 펄ਕ ਦੀ ਮੀਟਿੰਗ ਵਿੱਚ ਵੀ ਜੇ ਕੋਈ ਇਹ ਸਮਝੇ ਕਿ ਇੱਥੇ ਕੋਈ ਹੱਲ ਨਿਕੜਾ ਵਗਾ ਕੋਰਾਂ ਨਿਕੜਾ ਵਗਾ ਰਾ ਪੜ ਕੇ ਵੀ ਨਹੀਂ ਨਿਕਲਦਾ ਇਹ ਆਕੇ ਕਿਸਾਨ ਤੇ ਪੰਜਾਬ ਦੀ ਸਰਕਾਰ ਆਪਸੀ ਕੋਈ ਸਹਿਮਤੀ ਨਾਲ ਕੋਈ ਇਹੋ ਜਿਹਾ ਫੈਸਲਾ ਲੈ ਸਕਦੇ ਆ ਕਿ ਦਿੱਲੀ ਜਾਣਾ ਕਿਸਾਨ ਚੱਲੇ ਪੰਜਾਬ ਸਰਕਾਰ ਰ ਸਪੋਰਟ ਕਰਦੇ ਹੋਵੇ ਇੱਥੇ ਨਹੀਂ ਰੋਕੇਗੀ ਨਾਰੂ ਕੋ ਰਾਜ ਮਨੋਰਨਾਲ ਖੱਤਰ ਦੀ ਸਰਕਾਰ ਰੋਕਦੀ ਰਹੀ ਹੈ ਪਰ ਕੋਈ ਇੱਕ ਮੂੰਹ ਬਣਾ ਕੇ ਜਾਣ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਣ ਵਾਸਤੇ ਮੁੱਖ ਮੰਤਰੀ ਨੇ ਜਾਣਾ ਉਹਦੀ ਬੋਲੀ ਤੇ ਕਿਸਾਨਾਂ ਦੀ ਬੋਲੀ ਇੱਕੋ ਹੋਣੀ ਚਾਹੀਦੀ ਉੱਥੇ ਜਾ ਕੇ ਦੋ ਬੋਲੀਆਂ ਨਹੀਂ ਹੋਣੇ ਚਾਹੀਦੀ ਜੀ ਇੱਕ ਬੰਸਬ ਹੋਰ ਜਿਹੜੀ ਵੱਖਰੇ ਤੌਰ ਤੇ ਕਹ ਲਓ ਕਿ ਸਿਆਸੀ ਬਾਹ ਮਰੋੜਨ ਦੀ ਗੱਲ ਇਸ ਵਕਤ ਚਰਚਾ ਚਾ ਉਹ ਸਮਝਾਓਗੇ ਤਾਂ ਹੁਣ ਤੁਸੀਂ ਕਿਉਂਕਿ ਇੱਕ ਪਾਸੇ ਕੈਪਟਨ ਸਾਹਿਬ ਦੇ ਪੁੱਤਰ ਰਾਣੇਂਦਰ ਹੁਰਾਂ ਦੀ ਅਜੇ ਲੰਘੇ ਕੱਲ ਆਪਾਂ ਦੇਖੀ ਕਿ ਵੀ ਪੇਸ਼ੀ ਸੀ ਈਡੀ ਸਾਹਮਣੇ ਉਹ ਕਹਿੰਦੇ ਵੀ ਮਾਮਲੇ 'ਚ ਹੈ ਕੁਛ ਨਹੀਂ ਸਿਆਸੀ ਰੰਜਿਸ਼ ਹੈ ਕੱਲ ਦੇ ਦਿਨ 'ਚ ਹੀ ਆਪਾਂ ਇੱਕ ਹੋਰ ਫੈਸਲਾ ਕੇਂਦਰ ਵਾਲੇ ਪਾਸਿਓਂ ਸੁਣਦੇ ਆ ਉਹ ਆਕਾਲੀ ਦਲ ਦੇ ਵੱਡੇ ਲੀਡਰ ਨੇ ਬਿਕਮ ਸਿੰਘ ਮਜੀਠੀਆ ਹੋਰੀ ਉਹਨਾਂ ਦੀ Z+ ਸਿਕਿਉਰਿਟੀ ਢਾਹ ਲਿੰਦੀ ਲਈ ਜਾਂਦੀ ਹੈ ਗ੍ਰਹਿ ਮੰਤਰਾਲੇ ਵੱਲੋਂ ਇਹ ਦੋਵੇਂ ਪਾਰਟੀਆਂ ਦੇ ਬਾਰੇ 'ਚ ਜਿਹੜੇ ਫੈਸਲੇ ਆ ਇਹਨਾਂ ਨੂੰ ਕਿਵੇਂ ਦੇਖਦੇ ਅਸੀਂ ਜਦੋਂ ਕੱਲ ਰਣੇਂਦਰ ਸਿੰਘ ਦੀ ਗੱਲ ਕੀਤੀ ਮੈਂ ਉਹਦੇ ਨਾਲ ਜ਼ਿਕਰ ਕੀਤਾ ਸੀ ਕਿ ਰਣੇਂਦਰ ਸਿੰਘ ਨੂੰ 2016 'ਚ ਸੱਦਿਆ 4 ਸਾਲ ਕਿਸੇ ਨੇ ਪੁੱਛਿਆ ਹੁਣ 4 ਸਾਲਾਂ ਬਾਅਦ ਫੇਰ ਸੱਦਿਆ ਉਦੋਂ ਵਿਧਾਨ ਸਭਾ ਚੋਣਾਂ ਹੋਣਗੀਆਂ ਸੀ ਤੇ ਇੱਕ ਇਸ ਦਾ ਡਰਾਵਾ ਦੇਣ ਵਾਲੀ ਗੱਲ ਸੀ ਹੁਣ ਕਿਸਾਨਾਂ ਦੀ ਐਜੀਟੇਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਟੈਂਡ ਡਿਆ ਡਰਾਵਾ ਦੇਣ ਵਾਲੀ ਗੱਲ ਹਮ ਰਾਣੇਂਦਰ ਸਿੰਘ ਦੀ ਚਰਚਾ ਕਰਦਿਆਂ ਮੈਂ ਨਾਲ ਹੀ ਆਖਿਆ ਸੀ ਕਿ ਬਿਕਮ ਸਿੰਘ ਮਜੀਠੀਆ ਨੂੰ ਮਈ ਦਸੰਬਰ 2014 ਚ ਸੱਦ ਕੇ ਇੱਥੇ 8-9 ਘੰਟੇ 7 ਘੰਟੇ ਸ਼ਾਇਦ ਲੰਮੀ ਗ੍ਰੀਲਿੰਗ ਕੀਤੀ ਗਈ ਸੀ ਔਰ ਜਦੋਂ ਬਾਹਰ ਨਿਕਲਿਆ ਤੇ ਆਖਰਾਂ ਦੀ ਤੁੰਦ ਸੀ ਲੋਕੀ ਠੱਠਰ ਕੰਬਦੇ ਸੀ ਤੇ ਨੇ ਬਾਹਰ ਆਉਂਦੇ ਸਰ ਪਹਿਲੀ ਗੱਲ ਇਹ ਆਖੀ ਸੀ ਮੈਨੂੰ ਘੁੱਟ ਕੇ ਪਾਣੀ ਪਿਓ ਤੇ 14 ਤੋਂ ਲੈ ਕੇ ਹੁਣ 6 ਸਾਲ ਹੋ ਗਿਆ ਦੁਬਾਰਾ ਨੂੰ ਸਦਿਆ ਕਿਉਂ ਨਹੀਂ ਗਿਆ ਮੈਂ ਕੱਲ ਵੀ ਆਖਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਸਿਆਸੀ ਪੱਖੋਂ ਭਾਜਪਾ ਦੀ ਲੋੜ ਹੋਈ ਕਿ ਉਸ ਬੰਦੇ ਨੂੰ ਸਦਣਾ ਉਹ ਦਿਨ ਸਦਣਗੇ ਜੀ ਮੈਨੂੰ ਕੱਲ ਇਹ ਨਹੀਂ ਸੀ ਪਤਾ ਕਿ ਭਾਜਪਾ ਪਹਿਲਾਂ ਝਟਕਾ ਦੇਣ ਨੂੰ ਫਿਰਦੀ ਆ ਸ਼ਾਮ ਨੂੰ ਅਸੀਂ ਖਬਰ ਪੜ੍ਹ ਲਈ ਕਿ ਬਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਜਿਹੜੀ Z+ ਕਵਰ ਆ ਉਹ ਹਟਾਤਾ ਗਿਆ ਜੀ ਜਦੋਂ Z+ ਕਵਰ ਦਿੱਤਾ ਗਿਆ ਸੀ ਉਦੋਂ ਕਿਹੜੇ ਬេសਤੇ ਦਿੱਤਾ ਗਿਆ ਸੀ ਕਹਿੰਦੇ ਜੀ ਆਰਐਸਐਸ ਦਾ ਲੀਡਰ ਬਰਗੇਡੀਅਰ ਜਗਦੀਸ਼ ਗਗਨੇਜਾ ਮਾਰ ਦਿੱਤਾ ਗਿਆ। ਉਹਦਾ ਕਰਕੇ ਬਿਕਰਮ ਸਿੰਘ ਮਜੀਠੀਆ ਨੂੰ ਖਤਰਾ ਵੱਧ ਗਿਆ। ਜੀ। ਮਾਰਿਆ ਆਰਐਸਐਸ ਦਾ ਲੀਡਰ ਸੀ। ਖਤਰਾ ਬਿਕਰਮ ਸਿੰਘ ਮਜੀਠੀਆ ਨੂੰ ਵੱਧ ਗਿਆ। ਇੱਕ ਬਾਨੇ ਨਾਲ ਸਿਕਿਉਰਿਟੀ ਦੇਣੀ ਸੀ ਦੇ ਦਿੱਤੀ। ਹੁਣ ਜਦੋਂ ਹਟਾਉਣੀ ਆ ਤੇ ਬਡੇ ਰਾਮ ਨੇ ਕਹਿਤਾ ਜੀ ਹੁਣ ਖਤਰਾ ਉਦੋਂ ਜਿੰਨਾ ਨਹੀਂ ਇਸ ਕਰਕੇ ਘਟਾ ਰਹੇ। ਪਰ ਇਹ ਖਤਰਾ ਉਦੋਂ ਹੀ ਕਿਉਂ ਹਟਾਇਆ ਘਟਾਤਾ ਗਿਆ? ਸਿਕਿਉਰਿਟੀ ਉਦੋਂ ਕਿਉਂ ਹਟਾਈ ਆ? ਜਦੋਂ ਕਾਲੀ ਦਲ ਦੇ ਨਾਲੋਂ ਭਾਜਪਾ ਦਾ ਤੋੜ ਵਿਛੋੜਾ ਹੋ ਗਿਆ। ਪਹਿਲਾਂ ਕਿਉਂ ਨਹੀਂ ਹਟਾਈ? ਪਹਿਲਾਂ ਉਹ ਖਤਰਾ ਸੀ ਤੇ ਕਾਲੀ ਦਲ ਵੱਖਰਾ ਹੋ ਗਿਆ ਤਾਂ ਉਹ ਖਤਰਾ ਘਟ ਗਿਆ ਇਹ ਰਾਤੋਂ ਰਾਤ ਜਿਹੜੇ ਫੈਸਲੇ ਹੁੰਦੇ ਆ ਇਹਨਾਂ ਫੈਸਲਿਆਂ ਤੋਂ ਸਾਫ਼ ਹੀ ਦਿਸਦਾ ਕਿ ਕੇਂਦਰ ਸਰਕਾਰ ਸੁਰੱਖਿਆ ਵਰਗੇ ਮਾਮਲਿਆਂ ਵਿੱਚ ਵੀ ਐਨਫੋਰਸਮੈਂਟ ਡਾਇਰੈਕਟੋਰੇਟ ਵਾਰੇ ਦੀ ਸੀਬੀਆਈ ਦੇ ਮਾਮਲੇ ਵਿੱਚ ਵੀ ਹਰ ਮਾਮਲੇ 'ਚ ਸਿਰਫ ਤੇ ਸਿਰਫ ਰਾਜਨੀਤੀ ਕਰ ਰਹੀ ਹੈ ਉਹਦੇ ਰਾਜਨੀਤੀ ਕਰਨ ਦੇ ਇਹਨਾਂ ਟੰਗਾਂ ਦੇ ਨਾਲ ਭਾਜਪਾ ਇਹ ਨਹੀਂ ਕਿ ਨੋਟ ਕਰ ਰਹੀ ਉਹਨਾਂ ਦੀ ਕੇਂਦਰ ਸਰਕਾਰ ਇਹ ਨਹੀਂ ਨੋਟ ਕਰ ਰਹੀ ਕਿ ਕੇਂਦਰ ਦੀਆਂ ਜਾਂਚ ਏਜੰਸੀਆਂ ਕੇਂਦਰ ਦੀਆਂ ਸਿਕਿਉਰਿਟੀ ਏਜੰਸੀਆਂ ਇਹਨਾਂ ਸਾਰੀਆਂ ਦਾ ਰਾਜਨੀਤਿਕਰਨ ਕਰਕੇ ਇਸ ਤਰ੍ਹਾਂ ਦਾ ਅਕਸ ਵਿਗਾੜਿਆ ਜਾ ਰਿਹਾ ਕਿ ਕੱਲ ਨੂੰ ਕੋਈ ਸਹੀ ਗੱਲ ਵੀ ਹੋਈ ਤੇ ਜਿਹੜੇ ਪ੍ਰਾਣੀ ਘਰਾਨੇ ਸੀ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆ ਹੂੰ ਹੂੰ ਲੋਕਾਂ ਸਮਝਿਆ ਕਿ ਇਹ ਬੰਦਾ ਇਦਾਂ ਸ਼ੇਰ ਆਇਆ ਸ਼ੇਰ ਆਇ ਕਰਦਾ ਹੁੰਦਾ ਤੇ ਜਿਸ ਦਿਨ ਸੱਚੀ ਮੁੱੱਚੀ ਸ਼ੇਰ ਆਇਆ ਉਹਦੋਂ ਨੇ ਕੋ ਬਚਾਉਣ ਵਾਸਤੇ ਨਹੀਂ ਸੀ ਗਿਆ ਜੇ ਭਾਰਤ ਸਰਕਾਰ ਦੀਆਂ ਏਜੰਸੀਆਂ ਸ਼ੇਰ ਆਇਆ ਸ਼ੇਰ ਆ ਸ਼ੇਰ ਆ ਕਰਕੇ ਕਿਸੇ ਨੂੰ ਸਿਕਿਉਰਿਟੀ ਦੇ ਦੇਣ ਫਿਰ ਕਹਿ ਕੇ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਿਕਿਉਰਿਟੀ ਹਟਾ ਦੇਣ ਤੇ ਜੇ ਜਦਨ ਸੱਚੀ ਮੁੱੱਚੀ ਕੋਈ ਗੱਲਬਾਤ ਹੋਈ ਫਿਰ ਹਰ ਕੋਈ ਆਖੇਗਾ ਕਿ ਇਹਨਾਂ ਦੀ ਇਸ ਰਾਜਨੀਤੀ ਜਿਹੜੀ ਸੀ ਜਿਹੜੀ ਤਕੜਮबाजी ਸੀ ਕਦੇ ਸ਼ੇਰ ਆ ਗਿਆ ਤੇ ਕਦੇ ਸ਼ੇਰ ਮੁੜ ਗਿਆ ਹੂੰ ਹੂੰ ਉਹਨੇ ਨੁਕਸਾਨ ਕਰਵਾ ਦਿੱਤਾ ਹੁਣ ਇਹ ਬੜਾ ਹੀ ਸਾਫ ਦਿਸਦਾ ਪਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਵੀ ਔਰ ਸਿਕਿਉਰਿਟੀ ਏਜੰਸੀਆਂ ਨੂੰ ਵੀ ਸਰਗਰਮ ਕੀਤਾ ਗਿਆ ਕਿ ਅਕਾਲੀਆਂ ਨੇ ਸਾਹਤਾ ਛੱਡਿਆ ਇਹਨਾਂ ਦੱਸ ਦਿਓ ਬੱਚੂ ਹੁਣ ਜਾਓਗੇ ਕਿੱਥੇ ਇਹ ਸਭ ਕਿਸਕਾਉਂਟ ਦੀ ਨੀਤੀ ਆ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਵੀ ਅਕਾਲੀਆਂ ਨੂੰ ਵੀ ਜੀ ਅਜੇ ਸਾਰੇ ਕੁਝ ਨੂੰ ਸਭ ਇੱਕ ਜਿਹੜੀ ਘਟਨਾ ਕੱਲ ਦੀ ਬੜੀ ਚਰਚਾ ਚਾ ਅਜੇ ਤਾਂ ਹਵਾਵਾਂ ਦੇ ਵਿੱਚ ਜਹੇਦਾਰ ਸਾਹਿਬ ਦਾ ਉਹ ਬਿਆਨ ਗੂੰਜ ਰਿਹਾ ਕਿਉਂਕਿ ਅਲੱਗ-ਅਲੱਗ ਪਾਸਿਓਂ ਕੋਈ ਸਿੱਖ ਜਥੇਬੰਦੀਆਂ ਕਈ ਵਾਰ ਵਿਰੋਧ ਕਰਦੀਆਂ ਜਾਂ ਸਿਆਸੀ ਤੌਰ ਤੇ ਵੀ ਕਈ ਬਿਆਨ ਆਏ ਜਹੇਦਾਰ ਸਾਹਿਬ ਨੇ ਆਪ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿੱਦਾਂ ਥਾਂ-ਥਾਂ ਤੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜੀ ਇਹ ਵੀ ਕੋਈ ਸਾਜ਼ਿਸ਼ ਹੈ ਪਰ ਹੁਣ ਜਿਹੜਾ ਉਹ ਇੱਕ ਜਿਹੜਾ ਕਹ ਲੋ ਸ਼ਖਸ ਫੜੇ ਗਏ ਉੱਥੇ ਕਿ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਟੈਚੀ ਚ ਪਾ ਕੇ ਤੇ ਅਮਰ ਸਰਵਾਈ ਐਡੇ ਤੇ ਖੜਨਾ ਸੀ ਤੇ ਉਸ ਤੋਂ ਬਾਅਦ ਪੁਣੇ ਲੈ ਕੇ ਜਾਣਾ ਸੀ ਉਸ ਕੇਸ ਨੂੰ ਕਿਵੇਂ ਦੇਖਦੇ ਕਿਉਂਕਿ ਜਹਦਰ ਸਾਹਿਬ ਨੇ ਕਿਹਾ ਜੀ ਪੀ ਇਹ ਮੰਦ ਭਾਗਾ ਹੈ ਸਿਰਫ ਬੰਦ ਭਾਗਾ ਕਿਉਂ ਕਿਹਾ ਜੀ ਜਹਦਰ ਸਾਹਿਬ ਨੇ ਪੜਤਾਲ ਕਿਉਂ ਨਹੀਂ ਕਰਾਈ ਵੀ ਇਹਨਾਂ ਨੇ ਕਿਹੜੀ ਸੰਸਥਾ ਤੋਂ ਲੈਂਦੇ ਆ ਕਿ ਕਿਸੇ ਦੁਕਾਨ ਤੋਂ ਖਰੀਦੇ ਆ ਦੁਕਾਨਾਂ ਤੋਂ ਤੇ ਹੁਣ ਲੈ ਨਹੀਂ ਜਾ ਸਕਦੇ ਜੀ ਜਿਹੜਾ ਲੈਂਦੇ ਆ ਕਿੱਥੋਂ ਲੈਂਦੇ ਆ ਜਿਹੜੀ ਸੰਸਥਾ ਤੋਂ ਲੈਂਦੇ ਆ ਉਹ ਸੰਸਥਾ ਦਾ ਨਾਮ ਲੈਂਦਿਆਂ ਘੁੰਡ ਘਟਣਾ ਪੈਂਦਾ ਨਾ ਕਿਉਂ ਨਹੀਂ ਲੈਂਦੇ ਜੀ ਫਿਰ ਇਹ ਵੀ ਪਤਾ ਕਰਨ ਕਿ ਉਹ ਸੰਸਥਾ ਦੇ ਨਾਲ ਸੰਬੰਧਿਤ ਕੁਝ ਦਾਰੇ ਮਦ ਉਹ ਸੇ ਮਹਾਰਾਸ਼ਟਰ ਚ ਵੀ ਚੱਲਦੇ ਪਏ ਇਹ ਵੀ ਤਾਂ ਪੁਣੇ ਜਾਣਾ ਸੀ ਮਹਾਰਾਸ਼ਟਰ ਚ ਹੂੰ ਹੂੰ ਉਹਨਾਂ ਕੋਲ ਪਹਿਲਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਮੀੜਾਂ ਗਈਆਂ ਨੇ ਜਿਹੜੇ ਸਰੂਪ ਗਏ ਨੇ ਉਹ ਕਿਦਾਂ ਗਏ ਨੇ ਜਦੋਂ ਜਥੇਦਾਰ ਸਾਹਿਬ ਕਹਿੰਦੇ ਆ 328 ਰੂਪ ਬਾਹਰ ਤੇ ਬਾਹਰ ਭੇਟਾ ਕੀਤੇ ਗਏ ਬੇਅਦਬੀ ਕੋਈ ਨਹੀਂ ਹੋਈ ਕਿ ਜਥੇਦਾਰ ਨੇ ਇਹ ਪਤਾ ਕਰ ਲਿਆ ਕਿ ਉਹ 328 ਰੂਪ ਜਿਹੜੇ ਭੇਟਾ ਕੀਤੇ ਗਏ ਉਹ ਪੇਟਾ ਕਰਨ ਲੱਗਾ ਪੰਜ ਪਿਆਰਾਂ ਨੂੰ ਸੌਪੇ ਗਏ ਹੈ ਕਿ ਕਿਸੇ ਕਲੇ ਨੂੰ ਸੌਪੇ ਗਏ ਸੀ ਇਹਦੀ ਪੜਤਾਲ ਕਰਾ ਲਈਏ ਜਹੇਦਾਰ ਨੇ ਆਪਣੀ ਐਸ ਵਾਰੀ ਦੀ ਤਕਰੀਰ ਸ਼੍ਰੋਮਣੀ ਕਮੇਟੀ ਵਾਲੀ ਜਿਹੜੀ ਆ ਉਹਦੇ ਚ ਬਹੁਤ ਬੇਤੁਕੀਆਂ ਗੱਲਾਂ ਕੀਤੀਆਂ ਉਹਨਾਂ ਗੱਲਾਂ ਦੇ ਨਾਲ ਉਹਦਾ ਆਪਣਾ ਇਮੇਜ ਬਹੁਤ ਖਰਾਬ ਹੋਇਆ ਵਾਰ-ਵਾਰ ਸਾਰੇ ਚਿੰਤਕ ਸਾਰੇ ਵਿਦਵਾਨ ਕਹ ਰਹੇ ਕਿ ਜਹੇਦਾਰ ਨੇ ਜਹੇਦਾਰਾਂ ਲਈ ਤਕਰੀਰ ਕੋਈ ਨਹੀਂ ਕੀਤੀ ਸਾਫ਼ ਹੀ ਦਿਖਦਾ ਕਿ ਉਹਨੂੰ ਕਿਸੇ ਨੇ ਤਕਰੀਰ ਲਿਖ ਕੇ ਲਿਆਤੀ ਉਹਨੇ ਮੋਟੀ-ਮੋਟੀ ਪੜ ਕੇ ਰਟ ਲੇ ਤੇ ਜਿਵੇਂ ਬੱਚੇ ਸਬਕ ਸਕ ਪੜਦੇ ਹੋ ਉਤਨਾ ਪੜ੍ਹ ਦਿੱਤੀ ਆ ਕੁਛ ਅਰਿਆਂ ਗੱਲੇ ਨਹੀਂ ਕੀਤੀਆਂ ਹੂੰ ਹੂੰ ਤੁਸੀਂ ਡਾਂਗਾ ਤੇ ਤਲਵਾਰਾਂ ਲੈ ਕੇ ਆ ਜਿਓ ਇਹ ਸ਼ਰੋਮਣੀ ਕਮੇਟੀ ਤੁਹਾਡੀ ਮਾਂ ਹੈ ਪਤਾ ਨਹੀਂ ਇਹ ਲਖਜੋ ਨੂੰ ਕਿੱਥੋਂ ਕਿਨੇ ਸਿਖਾਤੇ ਉਦਾਂ ਸਿਖਾਤੇ ਜਾਪਦੇ ਜਿੱਦਾਂ ਐਡਜੈਕਟਿਵ ਨੂੰ ਐਡਜੈਕਟਿਵ ਆਖਣਾ ਸਿਖਾਤਾ ਉਹ ਜਥੇਦਾਰ ਨੇ ਸਾਰੇ ਕੁਝ ਜੋ ਕੀਤਾ ਉਹ ਨੂੰ ਛੱਡ ਦਿਓ ਹੁਣ ਜਿਹੜੀ ਕੱਲ ਵਾਲੀ ਘਟਨਾ ਇਹਦੇ ਤੋਂ ਬਾਅਦ 24 ਘੰਟੇ ਲੰਘ ਗਏ ਅਜੇ ਤੱਕ ਸ਼ਰੋਮਣੀ ਕਮੇਟੀ ਨੂੰ ਤੇ ਅਜੇ ਤੱਕ ਜਥੇਦਾਰ ਸਾਹਿਬ ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਦੋਵੇਂ ਸਰੂਪ ਉਹਨਾਂ ਦੇ ਦੋਵੇਂ ਪਿਓ ਪੁੱਤ ਨੇ ਲਿਆਂਦੇ ਕਿੱਥੋਂ ਸੀ ਹੂੰ ਇਹ ਵੀ ਪਤਾ ਨਹੀਂ ਲੱਗਾ ਕਿ ਉਹ ਅੱਗੇ ਹੁਣ ਤੱਕ ਕਿੰਨੇ ਸਰੂਪ ਲਿ ਜਾ ਚੁੱਕੇ ਪਤਾ ਕਿਦਾਂ ਨਹੀਂ ਲੱਗਾ ਕੱਲ ਵਾਲੀ ਘਟਨਾ ਵੀ ਇਸ ਕਰਕੇ ਯਾਰ ਹੋ ਗਈ ਕੋਈ ਜਿਹੜੀ ਆਟੋ ਤੇ ਲਿ ਕੇ ਗਏ ਇਹ ਆਟੋ ਦੀ ਗੱਲਾਂ ਕਰਦੇ ਸੀ ਆਟੋ ਵਾਲੇ ਨੇ ਸੁਣ ਲਈ ਪੁਲਿਸ ਨੂੰ ਤੇ ਉਹਨੇ ਦੱਸਿਆ ਹੁਣ ਨੰਬਰ ਕਸਟਮ ਦੇ ਬਣਾਏ ਜਾਂਦੇ ਜੀ ਕਸਟਮ ਵਾਲਾ ਨੇ ਚੈੱਕ ਕੀਤਾ ਤੇ ਫੜੇਗਾ ਰੌਲਾ ਤੇ ਉਹਨੇ ਪਾਇਆ ਪੁਲਿਸ ਨੂੰ ਦੱਸਿਆ ਕਿ ਮੇਰੇ ਆਟੋ ਤੇ ਆਇਆ ਇਹਨਾਂ ਦੇ ਅਟੈਚੀ ਚ ਗੁਰੂ ਗ੍ਰੰਥ ਸਾਹਿਬ ਹੈ ਮੈਨੂੰ ਪਤਾ ਲੱਗਾ ਇਹ ਗੱਲਾਂ ਕਰਦੇ ਸੀ ਤੇ ਜੇ ਇਹ ਗੱਲ ਹੋ ਗਈ ਆ ਤੇ ਤੋਂ ਬਾਅਦ 24 ਘੰਟਿਆਂ ਤੱਕ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਪਤਾ ਨਹੀਂ ਲੱਗੇ ਕਿ ਕਿੱਥੋਂ ਲਿਆਏ ਨੇ ਜਿਹੜੇ ਸੰਸਥਾ ਨਾਲ ਸੰਬੰਧਿਤ ਉਹਦਾ ਨਾ ਹੀ ਨੀ ਇਹ ਲੈ ਰਹੇ ਇਹ ਤੋਂ ਸਾਫ਼ ਦੱਸਦਾ ਨਹੀਂ ਕਿ ਕੁਝ ਨਾ ਕੁਝ ਸਾਂਝਾ ਪਾਲਣ ਦਾ ਯਤਨ ਕੀਤਾ ਜਾ ਰਿਹਾ ਫਿਰ ਇਹਦੇ ਇਹ ਗੱਲ ਆਉਂਦੀ ਹੈ ਕਿ ਜਿਹੜੇ 328 ਰੁਪਇਆ ਉਹ ਕਮਲਜੀਤ ਸਿੰਘ ਦੀ ਇੱਕ ਵੀਡੀਓ ਆਈ ਸੀ ਜਿਹਦੇ ਚੋਂ ਕਹਿੰਦਾ ਸੀ ਕਿ ਮੇਰੇ ਕੋਲ ਕੱਚੀਆਂ ਪਰਚੀਆਂ ਪਈਆਂ ਕਿ ਕਿਹੜੇ ਕਿਹੜੇ ਸਿੱਖ ਲੀਡਰ ਨੇ ਕਿਹੜੇ ਕਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਤੇ ਕਰਮਚਾਰੀ ਨੇ ਜੀ ਇਹ ਪਰਚੀਆਂ ਦੇਖ ਕੇ ਕਹਲੀਆਂ ਕਿ ਫਲਾਣੇ ਨੂੰ ਇੱਕ ਸਰੂਪ ਦੇ ਦਿਓ ਫਲਾਣੇ ਨੂੰ ਦੋ ਸਰੂਪ ਦੇ ਦਿਓ ਉਹ ਜਦੋਂ ਉਹਦੀ ਵੀਡੀਓ ਆ ਗਈ ਕਿ ਮੇਰੇ ਕੋਲ ਪਰਚੀਆਂ ਪਈਆਂ ਨੇ ਉਦੇ ਤੋਂ ਬਾਅਦ ਉਹਦੀ ਪਤਾਲ ਅਕਾਰ ਤੱਕ ਦੇ ਜਹਦਾਰ ਨੇ ਕਿਉਂ ਨਹੀਂ ਕਰਾਈ ਦੂਜਿਆਂ ਨੂੰ ਕਹਿ ਉਹਨਾ ਕਿ ਡਾਂਗਾ ਲੈ ਕੇ ਆਜੋ ਤਲਵਾਰਾਂ ਲੈ ਕੇ ਆਜੋ ਇੱਥੇ ਸ਼ਰਮਣੀ ਕਮੇਟੀ ਦੀ ਤਲਵਾਰਾਂ ਵਾਲੇ ਥੋੜੇ ਸਾਡੀ ਤੋਂੜੀ ਟਾਸਕ ਫੋਰਸ ਇਹਦੇ ਵਿੱਚ ਟ੍ਰਿਬਿਊਨ ਵਰਗਾ ਜਿਹੜਾ ਵਿਕਾਰੀ ਅਖਬਾਰ ਆ ਬੜੇ ਸਤਕਾਰ ਵਾਲਾ ਉਹਦੇ ਤੇ ਕਦੇ ਕੋਈ ਇਹੋ ਜਿਹਾ ਦੋਸ਼ ਤਾਂ ਨਹੀਂ ਲੱਗੇ ਕਿ ਇੱਕ ਤਰਫਾ ਚੱਲਦਾ ਹੋਵੇ ਉਹਨੇ ਇੱਕ ਵਾਰੀ ਰਿਪੋਰਟ ਛਾਪੀ ਸੀ ਕਿ ਸ਼ਰਮਣੀ ਕਮੇਟੀ ਦੀ ਟਾਸਕ ਫੋਰਸ ਦੇ ਵਿੱਚ ਤੀਸਰਾ ਚੌਥਾ ਹਿੱਸਾ ਕਰਮਚਾਰੀ ਉਹ ਆ ਜਿਹੜੇ ਹਿਸਟਰੀ ਸ਼ੀਟ ਨੇ ਜਿਨ੍ਹਾਂ ਦੀਆਂ ਥਾਣੇ 'ਚ ਫਾਈਲਾਂ ਖੁੱਲੀਆਂ ਨੇ ਜੀ ਇਡਾਂਗਾ ਤੇ ਤਲਵਾਰਾਂ ਵਾਲੀ ਇਹ ਕੌਣ ਨੇ ਤੇ ਬਾਅਦਿਆਂ ਨੂੰ ਐਵੇਂ ਉਕਸਾ ਕੇ ਇਸ ਪਾਸੇ ਤੋਰਨਾ ਆਈੜੇ ਵੱਡੇ ਵੱਡੇ ਉਧੇ ਲੈ ਕੇ ਉੱਥੇ ਬੈਠੇ ਥੋੜੇ ਇਹਨਾਂ ਤੋਂ ਕਰਾ ਲਓ ਇਹ ਕੰਮ ਇਹ ਜਿਹੜਾ ਟਕਰਾਅ ਵਾਸਤੇ ਅੱਗੋਂ ਤਿਆਰੀ ਕਰਨੀ ਕਿ ਅਗਲੀ ਵਾਰ ਜਦ ਦਿਨ ਇੱਥੇ ਕੁਮਜਾਰ ਆਇਆ ਤੇ ਟਕਰਾਅ ਕਰਾ ਦੇਣਾ ਹੂੰ ਹੂੰ ਇਹ 751 ਦਾ ਮਾਹੌਲ ਬਣਾਉਣਾ ਇਹ ਜਹੇਦਾਰ ਸਾਹਿਬ ਦੇ ਪਾਛਣ ਦਾ ਹਿੱਸਾ ਨਹੀਂ ਸੀ ਹੋਣਾ ਚਾਹੀਦਾ ਜੀ ਉਹ ਜ਼ਰੂਰ ਤੋਂ ਜ਼ਿਆਦਾ ਅੱਗੇ ਚਲੇ ਗਿਆ ਹੁਣ ਗੱਲ ਤਾਂ ਕੱਲ੍ਹ ਵਾਲੀ ਘਟਨਾ ਦੀ ਹੈ ਇਹਦੇ ਬਾਰੇ ਦੱਸਣ ਕਿਉਂ ਕਿਹੜੇ ਸੰਸਥਾ ਦਾ ਉਹ ਸੰਸਥਾ ਬਾਰੇ ਨਾਦਰਲੈਂਡ ਨਾ ਲੈਣਗੇ ਝਿਜਕਦੇ ਕਿਉਂ ਹਾਂ ਪਤਾ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਜਹਦਰ ਸਾਹਿਬ ਨੂੰ ਵੀ ਕਿਉਂ ਨਹੀਂ ਦੱਸ ਰਹੇ ਲੋਕਾਂ ਨੂੰ ਪਤਾ ਤਾਂ ਲੱਗੇ ਜੀ ਇੱਕ ਵਾਰ ਸੋ ਹਾਫਿਜ਼ ਸૈયਦ ਦਾ ਨਾਮ ਕਈ ਵਾਰ ਚਰਚਾ ਚਾਉਂਦਾ ਬਹੁਤ ਵਾਰ ਭਾਰਤ ਦੇ ਵਿੱਚ ਜੋ ਕੁਝ ਵੀ ਹੁੰਦਾ ਉਸ ਮਾਮਲੇ ਚ ਵੀ ਆਉਂਦਾ ਹੁਣ ਪਾਕਿਸਤਾਨ ਦੇ ਵਿੱਚ ਕਹਿੰਦੇ ਕਿ ਦੁਬਾਰਾ ਉਹਨੂੰ ਕੋਈ ਸਜ਼ਾ ਹੋਈ ਹੈ ਸ਼ਾਇਦ 10 ਸਾਲ ਦੀ ਫੇਰ ਸਜ਼ਾ ਹੋ ਗਈ ਹੈ ਉਹ ਸਜ਼ਾ ਸੱਚੀ ਮੁੱੱਚੀ ਦੀ ਹੋਈ ਹੈ ਜਾਂ ਫਿਰ ਉਹਦੇ ਵਿੱਚ ਵੀ ਜਸਟ ਖਾਣਾ ਪੂਰਤੀ ਵਾਲਾ ਹੀ ਕੰਮ ਆ ਹਾਫਿਜ਼ ਸੈਦ ਨੂੰ ਸਜ਼ਾ ਹੋਈ ਹੈ ਉਹਦੇ ਨਾਲ ਦੇ ਦੋ ਜਣਿਆਂ ਨੂੰ ਸਜ਼ਾ ਹੋਈ ਹੈ ਹਾਫਿਜ਼ ਸੈਦ ਦਾ ਸਾਲਾ ਅਬਦੁਲ ਰਹਿਮਾਨ ਮੱਕੀ ਜਦੋਂ Imran Khan ਚੁਣਿਆ ਗਿਆ ਪ੍ਰਧਾਨ ਮੰਤਰੀ ਜੀ ਉਸ ਚੋਣ ਦੇ ਵਿੱਚ ਆਰਮੀ ਦੇ ਕਹਿਣ ਤੇ ਹਾਫਿਜ਼ ਸੈਦ ਨੇ ਆਪਣੇ ਸਾਲੇ ਨੂੰ ਅਬਦੁਲ ਰਹਿਮਾਨ ਮੱਕੀ ਨੂੰ ਅੱਗੇ ਲਾ ਕੇ ਇੱਕ ਪਾਰਟੀ ਖੜੀ ਕੀਤੀ ਸੀ ਫੁਲਾਏ ਇਨਸਾਨੀਅਤ ਟਮਾਟਾ ਤੇ ਲੋਕਾਂ ਪਾਈਆਂ ਕੋਈ ਨਹੀਂ ਜੀ ਖੜੀ ਇਸ ਕਰਕੇ ਕੀਤੀ ਸੀ ਕਿ Imran Khan ਨਾਲ ਸੌਦਾ ਮਾਰਨਾ ਕਿ ਜਾਂ ਤਾਂ ਫਿਰ ਅਸੀਂ ਆਪਣੀ ਪਾਰਟੀ ਨੂੰ ਵੋਟਾਂ ਪਾ ਦੇਵਾਂਗੇ ਆਰਮੀ ਵੱਲੋਂ ਜਾਂ ਤੂੰ ਪਹਿਲਾਂ ਸਮਝ ਲੈ ਕਿ ਤੂੰ ਜਿੱਤ ਵੀ ਜਾਵੇਂ ਤਾਂ ਸਾਡੇ ਹੱਥਾਂ 'ਚ ਖੜੇਂਗਾ ਜੀ ਇਨੇ ਚਲਦੀ ਚੌਂੜ ਚ ਪਾਕਿਸਤਾਨ ਦੇ ਆਰਮੀ ਚੀਫ ਨਾਲ ਸੌਦਾ ਮਾਰ ਲਿਆ ਵੀ ਮੈਂ ਤੇਰੇ ਨਾਲ ਮਿਲ ਕੇ ਚਲੂੰਗਾ ਤੇ ਫਲਾਇ ਇਨਸਾਨੀਅਤ ਨੂੰ ਪਿੱਛੇ ਕਰ ਦੇ ਉਹਦਾ ਪ੍ਰਧਾਨ ਅਬਦੁਲ ਰਹਿਮਾਨ ਮੱਕੀ ਉਹਨੂੰ ਵੀ ਸਜ਼ਾ ਹੋ ਗਈ ਸਾਲੇ ਪਣੋ ਜਿਹਦਵਾਂ ਨੂੰ ਹੋਈ ਹੈ ਪਰ ਪਿਛਲੀ ਸਜ਼ਾ ਵੀ ਜਿਹੜੀ ਹੋਈ ਹੈ ਇਹ ਪਿਛਲੇ ਸਾਲ ਜੁਲਾਈ ਦਾ ਅੰਦਰ ਹੈ ਅੰਦਰ ਕਿਦਾਂ ਦਾ ਉਥੋਂ ਦੀ ਹਾਈ ਸਕਿਉਰਿਟੀ ਜੇਲਿਆ ਕੋਟ ਲਖਪਤ ਜੇਲ ਕੋਟ ਲਖਪਤ ਜੇਲ ਦੇ ਵਿੱਚ ਜਿੱਥੇ ਜੇਲ ਸਵਡਣ ਦਾ ਬੰਗਲਾ ਉਹਦੇ ਨਾਲ ਦਾ ਇੱਕ ਬੰਗਲਾ ਖਾਲੀ ਕਰਵਾਇਆ ਉਹਦੇ ਵਿੱਚ ਹਾਫਿਜ਼ ਸੇਦ ਰਹਿੰਦਾ ਪਰसों ਨੂੰ ਸਜਾਇਆ ਹੋਈ ਹੈ ਕੱਲ ਇਹਨੂੰ ਫੇਰ ਬਾਜ਼ਾਰ ਦੇ ਵਿੱਚ ਐ ਵੀਆਈਪੀ ਸਿਕਿਉਰਿਟੀ ਦੇ ਵਿੱਚ ਜਾਂਦਿਆ ਕਾਰ ਚੋਂ ਵੇਖਿਆ ਗਿਆ ਤੇ ਬਾਹਰ ਆਉਂਦਾ ਗੇੜੇ ਮਾਰਦਾ ਲੋਕਾਂ ਨੂੰ ਮਿਲਦਾ ਫਿਰ ਉੱਥੇ ਜੇਲ੍ਹ ਦੇ ਬੰਗਲੇ ਚਲ ਜਾਂਦਾ ਇਹਦੇ ਵਾਸਤੇ ਤੇ ਜੇਲ੍ਹ ਵੀ ਓਪਨ ਜੇਲ ਬਾਹਰ ਆਵੇ ਸਭ ਲੋਕਾਂ ਨੂੰ ਮਿਲ ਬਣਾ ਕੇ ਉੱਥੇ ਚਲ ਜਾਂਦਾ ਇੱਕ ਡਰਾਮਾ ਬਹੁਤ ਤਗੜਾ ਪਾਕਿਸਤਾਨ ਦੀ ਸਰਕਾਰ ਕਰਦੀ ਪਈ ਉਹਦਾ ਕਾਰਨ ਇਹ ਹੈ ਕਿ ਜਿਹੜੀ ਸੰਸਾਰ ਪੱਧਰੀ ਆਰਗੇਨਾਈਜੇਸ਼ਨ ਹੈ ਐਫ ਆਟਿਫ ਜੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਉਹ ਜਿਹੜੀ ਆ ਉਹ ਉਸ ਜਿਹੜੀ ਹੈਗੀ ਆ ਜਥੇਬੰਦੀ ਉਹਨੇ ਆਖਿਆ ਕਿ ਜਾਂ ਤਾਂ ਅਗਲੇ 2 ਮਹੀਨਿਆਂ ਦੇ ਅੰਦਰ-ਅੰਦਰ ਪਾਕਿਸਤਾਨ ਅਤਵਾਦੀਆਂ ਦੇ ਖਿਲਾਫ ਕੋਈ ਕਾਰਵਾਈ ਕਰੇ ਜੇ ਨਹੀਂ ਕਾਰਵਾਈ ਕਰਦਾ ਅੱਗੇ ਗ੍ਰੇ ਲਿਸਟ ਵਿੱਚ ਆ ਕਲੀਨ ਚਟੀਆਂ ਨੂੰ ਮਿਲਦੀ ਨਹੀਂ ਅਸੀਂ ਉਹਨੂੰ ਬਲੈਕਲਿਸਟ ਕਰ ਦੇਣਾ ਜੇ ਅਸੀਂ ਬਲੈਕਲਿਸਟ ਕਰਦਾ ਤੇ ਜਿੱਥੋਂ ਕੋ ਮਾੜੀ-ਮੋਟੀ ਦੁੱਖੀ-ਤਕੀ ਦੀ ਮਦਦ ਆਉਂਦੀ ਉਹ ਵੀ ਦੀ ਖਤਮ ਹੋ ਜਾਣੀ ਆ ਉਹਦੇ ਤੋਂ ਬਚਣ ਵਾਸਤੇ ਯੂਨੋ ਕੋਲ ਸੱਚਾ ਹੋਣ ਵਾਸਤੇ ਇਹ ਸਾਰਾ ਜੋਰ ਲਾ ਰਿਆ ਕਿ ਅਸੀਂ ਆ ਵੇਖੋ ਜੀ ਇਹਨੇ ਅਤਵਾਦੀਆਂ ਨੂੰ ਸਹਾਇਤਾ ਦਿੱਤੀ ਸਜਾ ਕੋਈ ਨਹੀਂ ਦਿੱਤੀ ਜਾ ਰਹੀ ਗੁਰਪ੍ਰੀਤ ਜੀ ਸਾਰਾ ਡਰਾਮਾ ਕੀਤਾ ਜਾ ਰਿਹਾ ਜੇ ਦੁਨੀਆ ਭਰ ਦੀਆਂ ਆਰਗੇਨਾਈਜੇਸ਼ਨਾਂ ਚ ਮੰਗ ਉੱਠਦੀ ਪਈ ਹੈ ਕਿ ਪਾਕਿਸਤਾਨ ਨਾਲ ਸਬੰਧਾਂ ਉੱਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿਓ ਫਰਾਂਸ ਵਿੱਚ ਅੱਗ ਲੱਗੇ ਕਿਸੇ ਹੋਰ ਦੇਸ਼ ਵਿੱਚ ਲੱਗੇ ਯੂਰਪ ਵਿੱਚ ਕਿਤੇ ਕੋਈ ਘਟਨਾ ਹੋਵੇ ਜੀ ਹਰ ਘਟਨਾ ਹਰ ਵਾਰਦਾਤ ਤੋਂ ਬਾਅਦ ਦੋਸ਼ੀਆਂ ਦੀ ਪੈੜ ਸਿਰਫ ਤੇ ਸਿਰਫ ਪਾਕਿਸਤਾਨ ਤੇ ਜਾ ਕੇ ਕਿਉਂ ਨਿਕਲਦੀ ਹੈ ਇਸ ਕਰਕੇ ਨਿਕਲਦੀ ਹੈ ਕਿ ਪਾਕਿਸਤਾਨ ਸਾਰੀ ਦੁਨੀਆ ਜਾਣਦੀ ਹੈ ਇੱਕ ਦੇਸ਼ ਨਹੀਂ ਰਹਿ ਗਿਆ ਅੱਤਵਾਦ ਦੀ ਨਰਸਰੀ ਰਹਿ ਗਿਆ ਜਿੱਥੇ ਅੱਤਵਾਦੀਆਂ ਨੂੰ ਪਾਲਿਆ ਜਾਂਦਾ ਪਲੋਸਿਆ ਜਾਂਦਾ ਪੜਾਇਆ ਜਾਂਦਾ ਮਰਨ ਤੇ ਮਾਰਨ ਵਾਸਤੇ ਕੱ ਲੈ ਜਾਂਦਾ ਜੀ ਪਰ ਸਭ ਤੁਸੀਂ ਆਏ ਸਮਾਂ ਕੱਢਿਆ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਧੰਨਵਾਦ ਜੀ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਪਹੀਥੀ ਸਪਾਪਤ ਕਰਦੇ ਹਾਂ ਜੀ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ ਦੇਖਦੇ ਰਹਿਣਾ ਆਪ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ